पता नहीं सदी की होया चुप चालो रे बोलियो ना कि कड्यालो जी जो मच्छी फड़ रहे तो बोलियो ना वो मच्छी केड़ा शिकार आया है देश यार हाथ ना मार पा उधर चालो ना मार की होया जाम नु लाए या तू हाथ ना मार यार वैसे ना अच्छी मच्छी फड़ी है तू है इस तरह कर दियां वदना जड़ियां ये फ्राई कर ला ते थल्ला ही सशोर विच कर ला। अस्सलाम वालेकुम जी, मैं तुहाडा सलीम अलबेला ते मैं हां जी गोगा पसरूरी ते बहुत वधिया लगदा जी जदों तुसी साड़ी वीडियो नू ऐसे ऐसे अच्छे कमेंट्स करते हो और सानू होर काम करन ते मजबूर करते हो। लेकिन गोगा जी पिछे एक बड़े अफसोसनाक खबर सानू मिली है कि सिद्धू मूसेवाला दुनिया से नहीं रहे। बड़े वधिया कलाकार सी, बड़े कलाकार सी जी। देखो ए कलाकार दा कोई तुसी आप ही कहने ने कोई सरहद कोई बॉर्डर नहीं, कोई देश नहीं हुंदा। जिस तरह परिंदियां दा कुछ नहीं हुंदा, इस तरह फनकार फकीर दा कोई देश नहीं हुंदा, कोई बॉर्डर नहीं हुंदा। जिथे जिथे हवा जांदी है ओदी आवाज़ उत्थे उत्थे तिकर जांदी है। हाँ जी, ते सानू सिद्धू मूसेवाले दा बड़ा अफसोस है जी। ਹਾਂਜੀ, ਅਸੀਂ ਵੀ ਤੁਹਾਡੇ ਮਤਲਬ ਦੁੱਖ 'ਚ ਉਨੇ ਹੀ ਸ਼ਰੀਕ ਹਾਂ, ਸ਼ਰੀਕ ਹਾਂ ਜੀ। ਬਾਕੀ ਪੰਜਾਬ ਦੇ ਲੋਕ ਜਿੰਨੇ ਵੀ ਉਹਦੇ ਮਾਂ ਬਾਪ ਨੂੰ ਸਬਰ ਦਵੇ ਰੱਬ। ਹਾਂਜੀ ਹਾਂਜੀ ਜੀ, ਬਸ ਕਿਉਂਕਿ ਵੀ ਹੁਣ ਸਬਰ ਹੀ ਹੋ ਸਕਦਾ ਜੀ। ਔਰ ਇਹ ਗੱਲ ਸੀ ਗੋਗਾ ਜੀ ਕਿ ਉਹ ਮਾਪਿਆਂ ਦਾ ਇਕੱਲਾ ਇਕੱਲਾ ਪੁੱਤ ਸੀਗਾ। ਹਾਂਜੀ, ਕੋਈ ਐਸੀ ਗੱਲ ਨਹੀਂ, ਉਹ ਸਾਡੇ ਦਿਲਾਂ 'ਚੋਂ ਸਾਰੀ ਜ਼ਿੰਦਗੀ ਨਹੀਂ ਜਾਣਗੇ। ਉਹਨਾਂ ਦੀ ਆਵਾਜ਼ ਅੱਜ ਵੀ ਸਾਡੇ ਕੰਨਾਂ 'ਚੋਂ ਜੀ ਗੂੰਜ ਰਹੀ ਹੈ ਜੀ। ਹਾਂਜੀ, ਲਓ ਸਰ ਚੱਲੀਏ ਜੀ ਵੀਡੀਓ ਬਣਾਉਣ। ਨਹੀਂ ਉਹ ਤਾਂ ਫੜੋ, ਉਹ ਚਿਲਤਨ ਪਿਓਰ ਵਾਲਿਆਂ ਦੀ ਆਈਟਮ ਹੀ ਭੁੱਲ ਚੱਲੇ ਤੁਸੀਂ। ਲਓ ਜੀ, ਚਿਲਤਨ ਪਿਓਰ ਦਾ ਅੱਜ ਆ ਗਿਆ ਜੀ ਹਿਨਾ ਮਹਿੰਦੀ। ਹਿਨਾ ਮਹਿੰਦੀ ਜੀ, ਇਹਦੇ 'ਚ ਰੀਠਾ ਵੀ ਆ ਅਤੇ ਆਮਲਾ ਵੀ ਆ, ਜਿਹੜਾ ਵੈਸੇ ਨੋਰਮਲੀ ਕਿਤੇ ਠੰਡਾ ਹੁੰਦਾ। ਇਹ 'ਚ ਮਿਕਸ ਕੀਤਾ ਉਹਨਾਂ ਨੇ? ਹਾਂਜੀ, ਮਿਕਸ ਕੀਤਾ, ਆਲਰੇਡੀ ਮਿਕਸ ਵਾ। ਉਹ ਜਿੰਨੀ ਗਰਮੀ ਅੱਜ ਕੱਲ੍ਹ ਪੈ ਰਹੀ ਆ, ਦਰਜਾ ਹਰਾਰਤ 47 ਤੱਕ ਜਾ ਰਿਹਾ। ਹੋਏ ਹੋਏ ਹੋਏ, ਔਰ ਤੇਰੇ ਕੋਲ ਖਲੋ ਕੇ ਤਾਂ ਮੈਨੂੰ ਲੱਗਦਾ ਨੰਜਾ ਤਾਂ ਚਲਾ ਗਿਆ। ਅਤੇ ਇਹ ਆ ਕਿ ਤੁਸੀਂ ਇਹਨੂੰ ਹੱਥਾਂ 'ਤੇ ਵੀ ਲਾਓ, ਪੈਰਾਂ 'ਤੇ ਲਾਓ, ਸੇਕ ਨਿਕਲ ਜਾਂਦਾ ਗਰਮੀ। ਪਹਿਲੇ ਗੋਗੇ ਇਹ ਹੀ ਲਾਉਂਦੇ ਸੀ ਮਹਿੰਦੀ। ਮੈਂ ਕਹਿੰਦਾ ਵੀ ਜਦੋਂ ਕਿਸੇ ਨੂੰ ਗਰਮੀ ਹੋਣੀ ਉਹਨੇ ਕਹਿਣਾ ਜੀ ਘੋਲੋ ਮਹਿੰਦੀ, ਅਤੇ ਉਹ ਬਜ਼ੁਰਗਾਂ ਨੇ ਦਾੜੀ ਮੁਬਾਰਕ ਨੂੰ ਵੀ ਲਾ ਲੈਣੀ। ਹਾਂਜੀ ਹਾਂਜੀ, ਅਤੇ ਸਿਰ ਨੂੰ ਵੀ ਲਾ ਲੈਣੀ, ਪੈਰਾਂ ਨੂੰ ਲਾਉਂਦੇ ਸੀ। ਬਿਲਕੁਲ ਬਿਲਕੁਲ, ਹੁਣ ਤਾਂ ਕਲਰ ਕਲਰ ਚੱਲ ਗਏ ਬਹੁਤ ਜ਼ਿਆਦਾ ਇਹਨਾਂ 'ਚ, ਸਟੀਰਾਈਟ ਹੁੰਦੇ, ਲੇਕਿਨ ਉਹ ਵੀ ਇੱਕ ਮਜਬੂਰੀ ਆ, ਲਵਾਉਣਾ ਪੈਂਦਾ ਵਾ। ਹਾਂਜੀ, ਤੁਸੀਂ ਵੀ ਸੈੜਾਂ 'ਤੇ ਲਵਾਉਂਦੇ ਹੋ, ਜਿਹੜਾ ਮੇਰੇ ਕੋਲ ਬਾਈ ਦਾ ਗੋਗਾ ਸੈੜਾਂ 'ਤੇ ਲਵਾ ਲੈਂਦਾ। ਅਤੇ ਮਹਿੰਦੀ ਵੀ ਤੁਸੀਂ ਲਾਓ, ਮਹਿੰਦੀ ਬਹੁਤ ਵਧੀਆ ਵਾ। ਹਿਨਾ ਜੀ, ਹਿਨਾ ਮਹਿੰਦੀ, ਚਿਲਤਨ ਪਿਓਰ ਦੀ ਬੜੀ ਅੱਛੀ ਆਈਟਮ। ਉਹ ਗਾਣਾ ਸੁਣਿਆ ਨਾ, ਵੇਖ ਮੈਂ ਮਹਿੰਦੀ ਲੈ ਕੇ ਐਡਾ ਸੰਗੀਤਾ ਤੋਂ। ਚਲੋ ਜੀ, ਆਓ ਚੱਲੀਏ ਵੀਡੀਓ। ਆਓ ਜੀ, ਵਧੀਆ ਜੀ ਵੀਡੀਓ ਕਰਨੇ ਆ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਅਲਬੇਲਾ ਏ। ਸ਼ਿਕਾਰ ਲੱਭਦੇ ਬੜੇ ਔਖੇ ਹੈ ਜੀ, ਇਹ ਮਿਹਨਤਾਂ ਕਰਨੀਆਂ ਪੈਂਦੀਆਂ ਵਾ ਵੀਰੇ। ਉਹ ਚਾਲ ਹੋ ਰਹੀ ਆ ਕੋਈ ਮਾੜਾ ਮੋਟਾ, ਤੂੰ ਵੀ ਦੱਸ ਦਿਆ ਕਰ ਲਾਗੇ। ਹਾਂਜੀ ਹਾਂਜੀ, ਹੋ ਰਹੀ ਹੈ। ਕੀ ਹੋ ਰਹੀ ਹੈ? ਚਾਲ ਹੋ ਰਹੀ ਹੈ, ਤੁਸੀਂ ਹੁਣ ਐਨਕ ਹੀ ਪਾਣੀ ਵਰਗੀ ਲਾਈਏ। ਉਹ ਐਨਕ ਹੁਣ ਮੈਂ ਧੁੱਪੇ ਮਰ ਜਾਵਾਂ? ਤੁਹਾਨੂੰ ਤਾਂ ਨਹੀਂ ਨਜ਼ਰ ਆਉਣ ਡੇ ਤੁਸੀਂ, ਕਦੀ ਨਾ ਕਦੀ ਤਾਂ ਲੱਗੇਗੀ ਨਾ। ਚਲੋ ਅੱਲਾ ਦੀ ਆਸ 'ਤੇ ਬੈਠੇ ਹਾਂ ਭਾਇਆ, ਤੂੰ ਧੁੱਪ ਨਾ ਆਉਣ ਦੇ ਇੱਧਰ ਬਸ ਨਾ। ਹਾਂ ਨਾ, ਮੱਛੀ ਆਵੇ ਨਾ ਆਵੇ ਧੁੱਪ ਨਹੀਂ ਆਉਂਦੀ। ਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਭਾਅ ਜੀ ਕੀ ਸ਼ੂਟਿੰਗ ਹੋ ਰਹੀ ਹੈ? ਨਹੀਂ ਭਾਅ ਜੀ, ਸ਼ੂਟਿੰਗ ਨਹੀਂ ਹੈ, ਸ਼ਿਕਾਰ ਹੋ ਰਿਹਾ ਜੀ। ਕਾਹਦਾ? ਭਾਅ ਜੀ ਇਹ ਰਾਵੀ ਆ, ਮੈਂ ਮੱਛਲੀ ਦਾ ਸ਼ਿਕਾਰੀ ਹਾਂ। ਅੱਛਾ,
ਸ਼ੇਰ ਮਾਰਨ ਡਿਆ ਮੈਂ ਇੱਥੇ ਬਲੈਕ ਟਾਈਗਰ ਮਾਰਨ ਆਇਆ ਤੁਸੀਂ ਘਰੋਂ ਮੱਛੀ ਫੜਨ ਆਏ ਹੋ ਹਾਂਜੀ ਹਾਂਜੀ ਮੱਛੀ ਫਿਸ਼ ਤੁਸੀਂ ਨਾਲ ਹੁੰਦੇ ਹੋ ਹਾਂਜੀ ਮੈਂ ਨਾਲ ਹੀ ਹਾਂ ਜੀ ਇਹਨਾਂ ਦੇ ਬੌਸ ਨੇ ਤੁਹਾਡੇ ਮੇਰੇ ਬੌਸ ਨੇ ਜੀ ਆ ਦੇਖੋ ਮਾਸ਼ਾਅੱਲਾ ਜੀ ਭਾਅ ਜੀ ਇਹ ਰਾਵੀ ਸੁੱਕੀ ਪਈ ਹੈ ਇਹਦੇ 'ਚ ਕੀ ਆਉਣਾ ਵਾ ਇਹ 'ਚੋਂ ਮੱਛੀ ਨਾ ਫੜੋ ਤੁਸੀਂ ਇਹ 'ਚੋਂ ਸਲੀਪਰ ਫੜੋ ਪੁਰਾਣੀਆਂ ਜੁੱਤੀਆਂ ਸ਼ੋਪਰ ਅਤੇ ਗਾਰਾ ਫੜੋ ਥੋੜ੍ਹਾ ਜਿਹਾ ਉੱਥੋਂ ਖਾਲੀ ਬੋਤਲਾਂ ਫੜੋ ਜਾਂ ਉੱਥੋਂ ਲੋਕ ਕਲੇਜੀ ਸੁੱਟ ਦਿੰਦੇ ਉਹ ਫੜੋ ਤੁਸੀਂ ਮੱਛੀ ਕਿੱਥੋਂ ਆ ਗਈ ਇਹਦੇ 'ਚ ਭਾਅ ਜੀ ਦਰਅਸਲ ਨਾ ਮੈਂ ਇਸ ਪਾਣੀ ਘੱਟ ਤੋਂ ਪਹਿਲਾਂ ਜਦੋਂ ਫੁੱਲ ਰਾਵੀ ਸੀ ਨਾ ਮੈਂ ਇਸ ਜਗ੍ਹਾ 'ਤੇ ਨਾ ਚਰਾਈ ਲਾ ਕੇ ਗਿਆ ਸੀ ਚਰਾਈ ਕੀ ਹੁੰਦੀ ਚਰਾਈ ਜੀ ਚਾਰਾ ਹੁੰਦਾ ਵਾ ਜਿਹਨੂੰ ਕੋਈ ਆਟਾ ਮੈਦਾ ਜਾਂ ਚੀਜ਼ਾਂ ਹੁੰਦੀਆਂ ਚਾਵਲ ਹੁੰਦੇ ਵਿੱਚ ਹੋਰ ਕਾਫੀ ਚੀਜ਼ਾਂ ਪੈਂਦੀਆਂ ਮੱਛੀਆਂ ਨੂੰ ਤੁਸੀਂ ਮਤਲਬ ਉਹ ਚਾਰਾ ਕਹਿੰਦੇ ਮੱਛੀਆਂ ਹਾਂਜੀ ਉਹ ਚਰਾਈ ਲਾਈ ਸੀ ਅਤੇ ਮੈਂ ਨਾ ਸਾਡੇ ਸਹੁਰਿਆਂ ਦੇ ਹੋ ਗਈ ਫੌਤਗੀ ਹੋਏ 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 ਅਤੇ ਮੈਂ ਉੱਧਰ ਚਲਾ ਗਿਆ ਉਹਨਾਂ ਨੇ ਕਿਹਾ ਹੁਣ ਫੌਤਗੀ ਤੋਂ ਬਾਅਦ ਤੂੰ ਚੱਲਾਂ ਵਾਂ ਅਤੇ ਕੋਲ ਕਰਾ ਕੇ ਜਾਈ ਚਲੋ ਕੋਲ ਕਰਾ ਜਾਂਦੇ ਹਾਂ ਉਹ ਕੋਲ ਕਰਾਏ ਤਾਂ ਉਹਨਾਂ ਨੇ ਕਿਹਾ ਹੁਣ ਸੱਤਵੇਂ 'ਚ ਕਿਹੜਾ ਦਿਨ ਰਹਿ ਗਿਆ ਆਹੋ ਸਾਤੇ ਦਾ ਖਤਮ ਵੀ ਦਵਾ ਦੇਵੀ ਉਹ ਸਾਤੇ ਕਰਦਿਆਂ ਕਰਦਿਆਂ ਮੈਨੂੰ ਦੋ ਦਿਨ ਵੱਧ ਲੱਗ ਗਏ ਉਹਨਾਂ ਨੇ ਕਿਹਾ ਹੁਣ ਚਲੀਸਵਾਂ ਕਰਾ ਕੇ ਚੱਲੀ ਭਾਅ ਜੀ ਮੈਂ ਤੁਹਾਡਾ ਰਿਸ਼ਤੇਦਾਰੀ ਨਹੀਂ ਕਰਨ ਆਇਆ ਮੈਂ ਇਹ ਸੋਚ ਰਿਹਾ ਵੀ ਰਾਵੀ 'ਚ ਮੱਛੀ ਆਈ ਨਹੀਂ ਸਮੈਲ ਆ ਰਿਹਾ ਪਾਣੀ ਹੈਲੋ ਪਤਾ ਨਹੀਂ ਸਦੀ ਕੀ ਹੋਇਆ ਚੁੱਪ ਚਾਲ ਹੋ ਰਹੀ ਬੋਲਿਓ ਨਾ ਕਿ ਕੱਢਿਆ ਲਓ ਜੀ ਜੋ ਮੱਛੀ ਫੜ ਰਿਹਾ ਤਾਂ ਬੋਲਿਓ ਨਾ ਉਹ ਮੱਛੀ ਆ ਕੁੱਤਾ ਜਿਹਦੇ ਸੁਣ ਕੇ ਦੌੜ ਜਾਂਦਾ ਮੱਛੀਆਂ ਨੂੰ ਕੀ ਸੁਣਦਾ ਵਿਚਾਰੀਆਂ ਨੂੰ ਨਹੀਂ ਨਹੀਂ ਸੁਣਦਾ ਉਹਨਾਂ ਨੂੰ ਪਤਾ ਵਾ ਵੀ ਸਾਨੂੰ ਕੌਣ ਬੋਲ ਰਿਹਾ ਸਾਡੇ ਅਤੇ ਭਾਅ ਜੀ ਕਦੋਂ ਦੀ ਲਾਈ ਤੁਸੀਂ ਇਹ 'ਚ ਹਾਂਜੀ ਕਿੱਦਣ ਦੀ ਲਾ ਕੇ ਬੈਠੇ ਹੋ ਕਿੱਦਣ ਦੀ ਕੀ ਵੀ ਅਸੀਂ 2-4 ਘੰਟੇ ਹੋਏ ਆ ਹੁਣ ਬਸ ਸ਼ਿਕਾਰ ਇਨਸ਼ਾਅੱਲਾ ਕਰੀਬ ਕਰੀਬ ਹੀ ਆ ਸਾਡੇ ਮੁਕੱਦਰਾਂ ਦਾ ਸਾਨੂੰ ਲੱਭ ਜਾਣਾ ਭਾਅ ਜੀ ਇਹ ਨਹੀਂ ਆਉਣੀ ਉੱਥੋਂ ਮੈਂ ਤੁਹਾਨੂੰ ਉੱਥੋਂ ਮੱਛੀ ਲੈ ਦਿੰਦਾ ਵਾਂ ਜੇ ਤੁਹਾਨੂੰ ਇੰਨਾ ਹੀ ਸ਼ੌਕ ਆ ਇੱਥੇ ਨਹੀਂ ਆਉਣੀ ਮੱਛੀ ਤਾਜ਼ੀ ਉਹ ਖਾਂਦੇ ਨੇ ਉੱਥੇ ਵਾਲੀ ਨਹੀਂ ਖਾਂਦੇ ਤਾਜ਼ੀ ਖਾਂਦੇ ਆ ਤਾਜ਼ੀ ਖਾਣੀ ਇਹਨਾਂ ਨੇ ਆਪ ਫੜ ਕੇ ਅਤੇ ਕੱਛਾ ਪਾਇਆ ਫਿਰ ਵਿੱਚ ਵੜ ਕੇ ਖਾਲਾ ਜੋ ਲੱਭਦਾ ਹੀ ਮੱਛੀ ਨਹੀਂ ਹੈਗੀ ਇਹਦੇ 'ਚ ਭਾਅ ਜੀ ਉਹ ਭਾਅ ਜੀ ਮੱਛੀ ਆ ਤੁਹਾਡੇ ਸਾਹਮਣੇ ਦੇਖਣ ਜਦੋਂ ਸ਼ਿਕਾਰ ਬਾਹਰ ਆਇਆ ਨਾ ਲੈ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਿਹੜਾ ਸ਼ਿਕਾਰ ਆਇਆ ਇਹਦੇ ਯਾਰ ਹੱਥ ਨਾ ਮਾਰ ਭਾ ਉਧਰ ਚਾਲ ਹੋ ਮਾਰ ਕੀ ਹੋਇਆ ਜਾਮ ਨੂੰ ਲਾਏ ਆ ਤੂੰ ਹੱਥ ਨਾ ਮਾਰ ਆ ਦੇ ਕੀ ਕੀ ਹੋਇਆ ਉਹ ਯਾਰ ਚੁੱਪ ਕਰ ਓਏ ਇੱਕ ਮਿੰਟ ਹੱਥ ਨਾ ਬੋਲ ਓ ਠਹਿਰ ਜਾ ਹੱਥ ਨਾ ਬੋਲ ਗੱਡੀ ਵੱਜ ਜਾਣੀ ਤੇਰੀ ਤੇ ਉਹ ਕੱਖ ਵੀ ਨਹੀਂ ਉਹ ਤਾਂ ਖੁਦਾ ਦੀ ਕਸਮ ਹੈ ਉਹ ਅਸੀਂ ਭਾਅ ਜੀ ਇੱਥੇ ਹੀ ਰਹਿੰਦੇ ਹਾਂ ਪਿੱਛੇ ਰਾਵੀ ਦੇ ਨਾਲ ਹੀ ਅਸੀਂ ਰਹਿੰਦੇ ਹਾਂ ਮੈਂ ਤੁਹਾਨੂੰ ਪਹਿਲੀ ਵਾਰੀ ਵੇਖ ਰਿਹਾ ਇੱਥੇ ਨਹੀਂ ਨਹੀਂ ਵੇਖ ਨਹੀਂ ਰਿਹਾ ਮੈਂ ਤਾਂ ਬਹੁ 25 ਸਾਲ ਹੋ ਗਏ ਮੈਨੂੰ ਸ਼ਿਕਾਰ ਕਰਦਿਆਂ ਨੂੰ ਤੁਸੀਂ 25 ਸਾਲਾਂ 'ਚ ਅੱਜ ਦੇਖਿਆ 25 ਸਾਲਾਂ 'ਚ ਤਾਂ ਮੈਨੂੰ ਲੱਗਦਾ ਕਰਦਿਆਂ ਨੇ ਵੀ ਨਹੀਂ ਇਹਨੂੰ ਵੇਖਿਆ ਭਾਅ ਜੀ ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇਹ ਸ਼ਿਕਾਰ ਕਰਦਿਆਂ ਭਾਅ ਜੀ ਦੱਸਿਆ ਤੁਹਾਨੂੰ 20-25 ਸਾਲ ਹੋ ਗਏ ਮੇਰਾ ਇਹ ਮੇਰੀ ਹੋਬੀ ਆ 25 ਸਾਲਾਂ 'ਚ ਤੁਹਾਨੂੰ ਕਿਸੇ ਨੇ ਇਹ ਨਹੀਂ ਦੱਸਿਆ ਵੀ ਰਾਵੀ 'ਚ ਨਹੀਂ ਕੁਛ ਹੈਗਾ ਇੱਥੇ ਤਾਂ ਭਾਅ ਜੀ ਗੰਦਾ ਪਾਣੀ ਆ ਰਿਹਾ ਲੋਕ ਪਿੱਛੋਂ ਨਾਲਿਆਂ ਦੇ ਵਿੱਚੋਂ ਸੁੱਟ ਦਿੰਦੇ ਆ ਆ ਸਮੈਲ ਮਾਰ ਰਿਹਾ ਪਾਣੀ ਰਾਵੀ ਦਾ ਪਾਣੀ ਇੰਜ ਦਾ ਹੁੰਦਾ ਉਹ ਯਾਰ ਰਾਵੀ ਤੂੰ ਸ਼ਹਿਜ਼ਾਦ ਅਲੀ ਦਾ ਗਾਣਾ ਨਹੀਂ ਸੁਣਿਆ ਕਿਹੜਾ ਕਿਥੋਂ ਕਦੀ ਰਾਵੀ ਲੰਘ ਜਾਵੇ ਆਯਾਤੀ ਪੰਜਾਬੀ ਬਣ ਜਾਵੇ ਸ਼ਾਮ ਚੁਰਾਸੀ ਵਾਲਿਆਂ ਦਾ ਮੁੰਡਾ ਨਹੀਂ ਨਹੀਂ ਭਾਅ ਜੀ ਉਹ ਤਾਂ ਬਹੁਤ ਆਲਾ ਲੋਕ ਵੱਡੇ ਲੋਕ ਨੇ ਮੈਂ ਤੁਹਾਨੂੰ ਰਾਵੀ ਲੰਘ ਰਹੀ ਨਾ ਇਦਾਂ ਹਰ ਚੀਜ਼ ਲੰਘੀ ਜਾ ਰਹੀ ਹੈ ਤੇ ਇਹ ਵੀ ਲੰਘ ਜਾਂਦਾ ਚੁੱਪ ਕਰਕੇ ਇੱਥੋਂ ਇਹ ਕਾਹਲੀ ਕੁੰਡੀ ਲਾ ਕੇ ਬਹਿ ਗਿਆ ਇੱਥੇ ਚਲੋ ਯਾ ਹੈਲੋ ਕੀ ਚੁੱਪ ਭਾਈ ਇੱਧਰ ਹੋ ਜਾਓ ਬੰਦੇ ਬਹੁਤ ਦੇਖ ਕੇ ਨਹੀਂ ਹਟਾ ਚੁੱਪ ਚੁੱਪ ਕਰ ਦਾਂਗੇ ਆਪਰੇਸ਼ਨ ਹੋ ਰਿਹਾ ਇੱਥੇ ਵੀ ਚੁੱਪ ਸਾਰੇ ਬਾਹਰ ਚਲੇ ਜਾਓ ਬਈ ਲੈ ਕੀ ਇਹ ਬਾਬਾ ਬੋਲਿਓ ਨਾ ਚਾਲ ਹੋ ਰਹੀ ਚਾਲ ਕਾਹਦੀ ਹੋ ਰਹੀ ਭਾਅ ਜੀ ਬਲੈਂਡ ਪਾਈ ਤੁਸੀਂ ਲੈ ਕੀ ਆ ਓਏ ਹੋਏ ਹੋਏ ਓਏ ਹੋਏ ਕੋਈ ਨਹੀਂ ਬਾਸ ਕੋਈ ਨਹੀਂ ਅਕਸਰ ਤੁਹਾਡੇ ਨਾਲ ਇਦਾਂ ਹੁੰਦਾ ਓਏ ਹੋਏ ਹੋਏ ਭਾਈ ਇਹਨੂੰ ਫੜ ਕੇ ਰੱਖਿਓ ਜ਼ਰਾ ਇੱਕ ਮਿੰਟ ਭਾਅ ਜੀ ਕੁਛ ਵੀ ਨਹੀਂ ਲੱਗਣਾ ਇਹਦੇ 'ਚ ਤੁਸੀਂ ਐਵੇਂ ਇੱਥੇ ਪੇਚੇ ਲਾ ਕੇ ਬੈਠੇ ਮੱਛੀਆਂ ਨਾਲ ਭਾਜੀ ਚਰਾਈ ਲਾਈ ਹੋਈ ਆ ਮੈਂ ਇੱਥੋਂ ਤੁਹਾਡੇ ਸਾਹਮਣੇ ਦਾਣਾ ਕੱਢ ਕੇ ਲਿਜਾਣਾ ਵਾ ਮੱਛੀ ਦਾ ਬਿਹਤਰੀਨ ਬੱਚਿਆਂ ਨੂੰ ਮੈਂ ਕਹਿ ਕੇ ਆਇਆ ਵੀ ਮੈਂ ਤੁਹਾਨੂੰ ਇਹੀ ਖਵਾਉਣਾ ਅੱਜ ਹਾਂਜੀ ਇੱਥੋਂ ਹੀ ਸ਼ਿਕਾਰ ਕਰਕੇ ਅਤੇ ਫਿਰ ਖਵਾਉਣਾ ਬੱਚਿਆਂ ਨੂੰ ਮੇਰਾ ਭਰਾ ਤੋਂ ਨਾਨ ਪਕੌੜੇ ਖਵਾ ਸੋਹਣੇ ਕੀ ਹੋ ਗਿਆ ਤੈਨੂੰ ਇਹ ਕੀ ਲਾ ਰਹੇ ਨੇ ਅੱਗੇ ਇਹ ਭਾਜੀ ਇਹ ਚਰਾਈ ਹੁੰਦੀ ਹੈ ਕੁੰਡੀ ਵਾ ਹੈ ਕੀ ਚੁਰਾਈ ਮੈਦਾ ਮੈਦਾ ਵਾ ਜੀ ਮੈਦਾ ਵਾ ਅਤੇ ਇਹਦੇ 'ਚ ਜ਼ਾਫਰਾਨ ਪਾਇਆ ਵਾ ਹੈਂ ਅੱਛਾ ਜ਼ਾਫਰਾਨ ਆ ਕਲਵੰਜੀ ਆ ਇਹਦੇ 'ਚ ਸਨਾ ਮੱਕੀ ਆ ਕਿਸੇ ਮੱਛੀ ਦਾ ਇਲਾਜ ਕਰ ਰਿਹਾ ਅੰਦਰ ਤੂੰ ਸਨਾ ਮੱਕੀ ਵੀ ਪਾਈ ਵਿੱਚ ਕੀ ਪਾਇਆ ਤੂੰ ਜੀ ਫੇਰ ਹੀ ਆਉਂਦੀ ਹੈ ਮੱਛੀ ਨਾ ਉਹ ਉਹਨਾਂ ਨੂੰ ਪਤਾ ਲੱਗਦਾ ਵੀ ਇੱਧਰ ਖੁਰਾਕ ਅੱਛੀ ਹੈ ਨਹੀਂ ਤਾਂ ਜੇ ਮੱਛੀ ਨੂੰ ਪਤਾ ਲੱਗ ਗਿਆ ਵੀ ਇਹ ਆਪਣੇ ਹੱਥਾਂ ਨਾਲ ਸਭ ਕੁਝ ਦੇ ਰਿਹਾ ਸਾਨੂੰ ਫੇਰ ਨਹੀਂ ਹੱਥਾਂ ਨਾਲ ਹੁਣ ਉਹਨੂੰ ਮੈਂ ਕਿਹੜਾ ਧਿਆਨ ਨਾ ਭਾਅ ਜੀ ਧਿਆਨ ਨਾ ਵਿੱਚ ਨਾ ਡਿੱਗ ਪੈਣਾ ਪਾਣੀ ਬਹੁਤ ਥੋੜ੍ਹਾ ਜਿਹਾ ਕੀ ਉਹ ਯਾਰ ਛਤਰੀ ਤੇ ਉੱਪਰ ਰੱਖ ਉਹ
ਕਿਹੜੀ ਛਤਰੀ ਉੱਪਰ ਸਕਿਨ ਖਰਾਬ ਹੋ ਰਹੀ ਹੈ ਹੈਡ ਤੂੰ ਇੰਜ ਪਾਇਆ ਜਿਵੇਂ ਇੰਗਲਿਸ਼ ਫਿਲਮਾਂ ਹੀ ਘੋੜੇ ਕਰਾਏ ਤੇ ਦੇਣਾ ਤੂੰ ਤਾਂ ਫੁੱਲ ਤਿਆਰੀ ਨਾਲ ਆਇਆ ਆਪਣੇ ਪਾ ਤੂੰ ਆਪਣਾ ਕੰਮ ਕਰ ਜਾ ਕੇ ਸਾਨੂੰ ਆਪਣਾ ਸ਼ਿਕਾਰ ਕਰਨ ਦੇ ਪਾਣੀ ਦਾ ਭੋਰਾ ਪਿਆ ਦਿਓ ਓ ਯਾਰ ਪਾਣੀ ਕਿਹਦੇ ਵਾਸਤੇ ਨਹੀਂ ਲਿਆਂਦਾ ਭਾ ਭਾਜੀ ਆ ਉੱਥੇ ਮੁੰਡੇ ਦਾ ਮੈਂ ਜੂਠਾ ਪੀਣ ਲੱਗਾ ਤੁਹਾਡਾ ਪੀਂਦਾ ਕੋਈ ਯਾਰ ਭਾਈ ਇਹ ਨਹੀਂ ਫੜੀ ਜਾਣੀ ਮੇਰਾ ਭਰਾ ਰਾ ਕਿੰਨੇ ਸੁਬਾਹ ਦਾ ਬੈਠਾ ਇੱਥੇ ਹਾਂਜੀ ਪੰਜ ਛੇ ਘੰਟੇ ਹੋ ਗਏ ਮੁੰਡੇ ਨੂੰ ਪੈਸੇ ਦੇ ਉੱਥੋਂ ਨਾ ਕੋਈ ਦਾਲ ਦੂਲ ਤੇ ਉਹ ਸਾਹਮਣੇ ਹੋਟਲ ਆ ਰੋਟੀ ਲਿਆਈਏ ਉਹ ਤਾਂ ਖਾਈਏ ਮੱਛੀ ਨਹੀਂ ਫੜੀ ਜਾਣੀ ਯਾਰ ਕਿਉਂ ਨਹੀਂ ਫੜੀ ਜਾਣੀ ਕਿਹੜੀ ਦਾਲ ਦੂਲ ਤੇ ਤੇਰੇ ਸਾਹਮਣੇ ਇੱਥੇ ਦਾਣਾ ਬਾਹਰ ਆਇਆ ਤੇ ਤੂੰ ਦੇਖਣਾ ਮੇਰਾ ਵਾ ਫਿਸ਼ਿੰਗ ਲੁੱਡੋ ਦਾ ਦਾਣਾ ਬਾਹਰ ਆਉਣਾ ਮੱਛੀ ਵਾਲਾ ਨਹੀਂ ਆਉਣਾ ਬਾਊ ਮੇਰਾ ਫਿਸ਼ਿੰਗ 'ਚ ਪੂਰੇ ਪੰਜਾਬ 'ਚ ਨਾਮ ਆ ਮੇਰਾ ਪਰਮਿਟ ਬਣਿਆ ਹੋਇਆ ਵਾ ਲਾਇਸੈਂਸ ਪਾਕਿਸਤਾਨ 'ਚ ਮਲ ਕੇ ਨਾਮ ਆ ਜੀ ਬਾਸ ਦਾ ਪੂਰੇ ਪਾਕਿਸਤਾਨ 'ਚ ਨਾਮ ਮੱਛੀਆਂ 'ਚ ਵੀ ਬੜਾ ਨਾਂ ਜੀ ਤੁਹਾਡਾ ਹਾਂਜੀ ਉਹ ਭਾਅ ਜੀ ਛੱਡੋ ਪਰ ਉਹ ਕਿਹੜੇ ਕੰਮ 'ਚ ਪੈ ਗਏ ਉਹ ਐਵੇਂ ਆਪਣਾ ਵਕਤ ਜ਼ਾਇਆ ਕਰ ਉਹ ਚੁੱਪ ਚੁੱਪ ਇਹ ਨਹੀਂ ਕੁਛ ਵੀ ਨਹੀਂ ਭਾਅ ਜੀ ਇਹਦੇ ਉਹ ਓਏ ਹੋਏ ਹੋ ਓਏ ਹੋਏ 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 ਮੂੰਹ ਮਾਰ ਕੇ ਨਾ ਮੂੰਹ ਮਾਰ ਕੇ ਚਲੀ ਗਈ ਹੈ ਮੱਛੀ ਬਸ ਉਹ ਗਾਲਾਂ ਕੱਢ ਕੇ ਗਈ ਤੈਨੂੰ ਮੱਛੀ ਆ ਚਾਰਾ ਹੋਰ ਲਾਓ ਭਾਅ ਜੀ ਜਿੰਨਾ ਮਰਜ਼ੀ ਚਾਰਾ ਲਾ ਲਾ ਅੱਜ ਨਹੀਂ ਫੜੀ ਜਾਣੀ ਤੂੰ ਮੱਛੀ ਨੂੰ ਨਾ ਮੇਰਾ ਚਾਰਾ ਨਾ ਲਾ ਤੂੰ ਫੋਨ ਲਾ ਕੋਈ ਨੰਬਰ ਲਾ ਮੱਛੀ ਨੂੰ ਕਿ ਮੈਂ ਇੱਥੇ ਬੈਠਾ ਆ ਜਾ ਕਿਹੜੀ ਕਿਹੜੀ ਮੱਛੀ ਫੜੀ ਅੱਜ ਕੱਲ੍ਹ ਤੁਸੀਂ ਕਿੰਨੇ 25 ਸਾਲ ਹੋ ਗਏ ਮੱਛੀ ਫੜਦਿਆਂ ਹਾਂਜੀ 20-25 ਸਾਲ ਹੋ ਗਏ ਭਾਅ ਜੀ ਮੱਛੀ ਫੜਦੇ ਅਤੇ 25 ਸਾਲਾਂ 'ਚ ਭਾਅ ਜੀ ਸਭ ਤੋਂ ਬਦਲੀ ਦਾਣਾ ਕਿੰਨਾ ਫੜਿਆ ਤਿੰਨ ਭਾਅ ਜੀ ਤਿੰਨ ਭਾਅ ਦਾ ਦਾਣਾ ਫੜਿਆ ਸੀ ਕਿੰਨੇ ਬੱਚੇ ਆਪਣੇ 6 ਬੱਚੇ ਆ ਅਤੇ 3 ਪਾ ਚੁੱਕੀ ਕੀ ਆਈ ਜੀ ਭਾਅ ਛਿੱਲਣਾ ਵੀ ਆ ਉਹ ਤਾਂ ਛਿੱਲ ਛੁੱਲ ਕੇ ਪਾਈਆ ਕੀ ਰਹਿ ਜਾਣੀ ਆ ਇਹਨੇ ਪਾਈਆ ਕੀ ਵੀ ਰਹਿ ਜਾਏ ਅਤੇ ਉਹ ਬੱਚੇ ਜਿਹੜੇ ਆ ਬਾਰਬੀਕੂ ਕਰ ਲੈਂਦੇ ਆ ਕੁਛ ਆਪਣੇ ਨਾਨਕਿਆਂ ਤੋਂ ਉਹਨਾਂ ਨੂੰ ਵੀ ਬੁਲਾ ਲੈਂਦੇ ਆ ਵੀ ਅੱਜ ਫਿਸ਼ ਫਾਟ ਪਾਰਟੀ ਹੈ ਤੁਹਾਡੇ ਘਰ ਇਹਦੇ 'ਚੋਂ ਕਿਹੜੀ ਕਿਹੜੀ ਮੱਛੀ ਕਿਹੜੀ ਕਿਹੜੀ ਨਸਲ ਦੀ ਮੱਛੀ ਭਾਅ ਜੀ ਮੈਂ ਤੁਹਾਡੇ ਸਾਹਮਣੇ ਇੱਥੇ ਮੈਂ ਟਰਾਊਟ ਤੁਹਾਨੂੰ ਹੁਣੇ ਫੜ ਕੇ ਕੱਢਣੀ ਟਰਾਊਟ ਰਾਵੀ 'ਚ ਕਿੱਥੋਂ ਆ ਗਈ ਭਾਈ ਇਹ ਤੁਹਾਡੇ ਰਾਵੀ ਵੇਖ ਲਓ ਤੁਹਾਡੇ ਸਾਹਮਣੇ ਸੁੱਕੀ ਹੈ ਖੁਸ਼ਕੇ ਭਾਅ ਜੀ ਤੁਹਾਡੇ ਵਰਗੇ ਜਿਹੜੇ ਬੇਵਕੂਫ ਆ ਉਹ ਹੀ ਉਹਨਾਂ ਨੂੰ ਅਵੇਅਰਨੈਸ ਨਹੀਂ ਹੈਗੀ ਗੰਦੀਆਂ ਮੰਦੀਆਂ ਛਾਵਾਂ ਸੁੱਟ ਦਿੰਦੇ ਆ ਰਾਵੀ 'ਚ ਭਾਈ ਤੈਨੂੰ ਮੱਛੀ ਫੜਨ ਦਾ ਸ਼ੌਕ ਆ ਨਾ ਹਾਂਜੀ ਅਤੇ ਆ ਮੈਂ ਤੈਨੂੰ ਮੱਛੀ ਫੜਾਉਂਦਾ ਉੱਥੇ ਰੇਹੜੀ 'ਤੇ ਫੜ ਲਾ ਨਹੀਂ ਰੇਹੜੀ 'ਤੇ ਫੜ ਲਾ ਬਾਊ ਮੇਰੀ ਹੌਬੀ ਆ ਮੈਂ 25 ਸਾਲ ਤੋਂ ਇਹੀ ਕੰਮ ਕਰ ਰਿਹਾ ਯਾਰ ਤੂੰ ਇਹਦੇ ਨਾਲ ਸੈਕਟਰੀ ਹੈ ਹਾਂਜੀ ਤੂੰ ਹੀ ਇਹਨੂੰ ਸਮਝਾ ਮੈਂ ਤਾਂ ਸਮਝਾ ਰਿਹਾ ਜੀ 20-25 ਸਾਲ ਤੋਂ ਨਹੀਂ ਸਮਝਿਆ ਨਹੀਂ ਉਹ ਕਹਿੰਦੀ ਤਾਜ਼ੀ ਉਹ ਚਲੋ ਉਹ ਨਹੀਂ ਸਮਝਿਆ ਤੂੰ ਹੀ ਸਮਝ ਕੇ ਛੱਡ ਜਾ ਇਹਨੂੰ ਦੇਖੋ ਹੁਣ ਤਨਖਾਹ ਦਿੰਦੇ ਹੁਣ ਕੀ ਕਰੀਏ ਭਾਅ ਜੀ ਕਿਹੜੀ ਕਿਹੜੀ ਮੱਛੀ ਫੜੀ ਕਿਹੜੀ ਕਿਹੜੀ ਨਸਲ ਦੀ ਭਾਅ ਜੀ ਮੈਂ ਸਵਾ ਮੱਛਲੀ ਦੇਖ ਸਵਾ ਮੱਛਲੀ ਕਿੱਥੇ ਇੱਥੇ ਇਹਦੇ 'ਚੋਂ ਫੜੀ ਸਵਾ ਮੱਛਲੀ ਕਿਉਂ ਇਹਦੇ 'ਚੋਂ ਕੀ ਉਹ ਸਵਾ ਮੱਛਲੀ ਗਵਾਦਰ ਆ ਭਾਈ ਉਹ ਸਮੁੰਦਰ ਦੀ ਮੱਛੀ ਆ ਉਹ ਯਾਰ ਆਹ ਦਰਿਆ ਜਿਹੜਾ ਸਮੁੰਦਰ 'ਚ ਨਹੀਂ ਪੈਂਦਾ ਇਹਦਾ ਪਾਣੀ ਸਮੁੰਦਰ 'ਚ ਜਾਂਦਾ ਅਤੇ ਤੂੰ ਸਮੁੰਦਰ 'ਚੋਂ ਸੁੱਟਿਆ ਇਹਨੂੰ ਕਰਕੇ ਨਹੀਂ ਨਹੀਂ ਆਹ ਪਾਣੀ ਸਮੁੰਦਰ 'ਚ ਜਾਂਦਾ ਨਾ ਅਤੇ ਮੱਛੀ ਉੱਧਰੋਂ ਇਹ ਜਾਂਦਾ ਹੀ ਨਹੀਂ ਇਹ ਤਾਂ ਗੰਦਾ ਪਾਣੀ ਆ ਇਹ ਤਾਂ ਉਹ ਉੱਥੇ ਜਾਂਦੇ ਆ ਤਿੱਕਰ ਖੁਸ਼ਕ ਹੋ ਜਾਣਾ ਇਹਨੇ ਉਹ ਯਾਰ ਉਹ ਉੱਥੇ ਕਿੱਥੇ ਜਾਂਦੇ ਆ ਖੁਸ਼ਕ ਹੋ ਜਾਣਾ ਵਾ ਉਹਨੇ ਇਹ ਰਾਵੀ ਆ ਪੂਰਾ ਦਰਿਆ ਵਾ ਇਹ ਉਹ ਤਾਂ ਬਾਰਿਸ਼ਾਂ ਬੂਰਸ਼ਾਂ ਆਉਣ ਕਿਤੇ ਵਿੱਚ ਪਾਣੀ ਭੋਰਾ ਖਲੋ ਜਾਂਦਾ ਵਾ ਤੂੰ ਐਵੇਂ ਇੱਥੇ ਆਪਣਾ ਟਾਈਮ ਜ਼ਾਇਆ ਕਰ ਚੱਲ ਯਾਰ ਟਾਈਮ ਜ਼ਾਇਆ ਕਰਦਾ ਤੈਨੂੰ ਕਾਹਦਾ ਮਸਲਾ ਵਾ ਅੱਲਾਹ ਤਾਲਾ ਨੇ ਤੈਨੂੰ ਮਤਲਬ ਸਭ ਕੁਝ ਦਿੱਤਾ ਹੈਡ ਵੀ ਕੱਚਾ ਵੀ ਗੱਡੀ ਵੀ ਤੁਹਾਡੀ ਖਲੋਤੀ ਹੈ ਅਤੇ ਤੁਸੀਂ ਹੋਰ ਕਿਸੇ ਇਲਾਕੇ 'ਚੋਂ ਮੱਛੀ ਫੜੋ ਕਿਹੜੇ ਕਿਹੜੇ ਇਲਾਕੇ 'ਚ ਵੈਸੇ ਫੜੀ ਮੱਛੀ ਮੈਂ ਭਾਅ ਜੀ ਨਰਾਨ ਖਗਾਨ ਅੱਛਾ ਸਵਾਤ ਹਾਂ ਹਾਂ ਮਾਂਡੜ ਝੀਲ ਹਾਂ ਹਾਂ ਨੀਲਮ ਦਰਿਆ ਵਾਹ ਇੱਧਰ ਨਹੀਂ ਮੈਂ ਗਿਆ ਅਤੇ ਮੱਛੀ ਕਿਤੇ ਕੋਈ ਤਲ ਦੀ ਕੜਾਹੀ 'ਚੋਂ ਫੜੀ ਤੁਸੀਂ ਇੱਧਰ ਨਹੀਂ ਤੁਸੀਂ ਗਏ ਭਾਈ ਮੱਛੀ ਮੈਂ ਜ਼ਿਆਦਾਤਰ ਪੰਜਾਬ ਦੇ ਏਰੀਏ 'ਚੋਂ ਜਿਹੜੀ ਆ ਦਰਿਆਏ ਸਿੰਧ 'ਤੇ ਜਾਂਦਾ ਵਾਂ ਦਰਿਆਏ ਕਾਬਲ 'ਚ ਜਾਂਦਾ ਵਾਂ ਦਰਿਆਏ ਕਾਬਲ ਵੀ ਗਏ ਹੋ ਤੁਸੀਂ ਹਾਂਜੀ ਬੱਲੇ ਗੱਲ ਫਿਰ ਤੁਸੀਂ ਕਿਸੇ ਕਾਬਲ ਨਹੀਂ ਯਾਰ ਭਾਈ ਬੱਚਿਆਂ ਨੂੰ ਮੈਂ ਦੱਸ ਕੇ ਆਇਆ ਵਾਂ ਵੀ ਮੈਂ ਆਇਆ ਹੁਣੇ ਇੰਝ ਕਰਕੇ ਲੈ ਸੁਬਾਹ ਬੋਸ ਨੇ ਕਹਿ ਦਿੱਤਾ ਘਰ ਵੀ ਮਸਾਲਾ ਬਣਾਓ ਮੱਛੀ ਫੜ ਲੈਣੀ ਹੈ ਮੈਂ ਉਹ ਮਸਾਲਾ ਬਣਾਇਆ ਉਹਦੇ 'ਚ ਆਲੂ ਉਲੂ ਹੀ ਪਾ ਲਓ ਇਹ ਤੁਸੀਂ ਨਹੀਂ ਫੜ ਸਕਦੇ ਯਾਰ ਆਲੂ ਵਾਲੀ ਕਿਹੜੀ ਗੱਲ ਆ ਬਹੁਤ ਤੇਰੀ ਅੱਖਾਂ ਦੇ ਸਾਹਮਣੇ ਮੱਛੀ ਨਾ ਲੱਗੇ ਮੇਰਾ ਨਾਮ ਮਦਾਰੀਆਂ ਨੂੰ ਕਹਿੰਦਾ ਤੇਰੀਆਂ ਅੱਖਾਂ ਦੇ ਸਾਹਮਣੇ ਸੱਪ 6 ਫੁੱਟ ਤਾਂ ਨੂੰ ਜਾਵੇ 6 ਫੁੱਟ ਥਾਂ ਨੂੰ ਆਵੇ ਫਿਰ ਮੰਨੇ ਮਦਾਰੀਆ ਤੇਰਾ ਕਮਾਲ ਯਾਰ ਕਮਾਲ ਤੋਂ ਮਰਾਦ ਵੀ ਸਾਡਾ ਜਿਹੜਾ ਐਕਸਪੀਰੀਅੰਸ ਆ ਉਹ ਕਿੱਥੇ ਜਾਣਾ ਉਹ ਇੱਥੇ ਵੀਰੇ ਅਸੀਂ ਦੀ ਆਈ ਤੀਕਰ ਮੱਛੀ ਫੜ ਸਕੇ ਉਹ ਯਾਰ ਅਸੀਂ ਨਹੀਂ ਫੜ ਸਕੇ ਤੂੰ ਟੋਬਾ ਵਾਂ ਜਦੋਂ ਤੂੰ ਘਰ ਰਹਿਣਾ ਤੇ ਇੱਥੋਂ ਮੱਛੀ ਕਿੱਦਾਂ ਫੜਨੀ ਨਹੀਂ ਅਸੀਂ ਤਾਂ ਬਚਪਨ ਗੁਜ਼ਰਿਆ ਰਾਵੀ ਦੇ ਨਾਲ ਦਾ ਸਾਡਾ ਬੜਾ ਬਚਪਨ ਗੁਜ਼ਰਿਆ ਰਾਵੀ ਤਾਂ ਸੁੱਕ ਗਿਆ ਹੁਣ ਅੱਜ ਇੱਥੇ ਦਾਤਾ ਪੀਆ ਸਰਕਾਰ ਆ ਇੱਥੋਂ ਤੀਕਰ ਰਾਵੀ ਹੁੰਦੀ ਸੀ ਬੜਾ ਸਾਰੀ ਆਬਾਦੀ ਹੋ ਗਈ ਆ ਵੇ ਨਾਲ ਨਾਲ ਲੋਕਾਂ ਨੇ ਘਰ ਬਣਾ ਲਏ ਤੂੰ ਕਿਹੜੀ ਰਾਵੀ 'ਚ ਕੁੰਡੀ ਸੁੱਟ ਬੈਠੀ ਏਡਾ ਤੈਨੂੰ ਮੁਗਲੀਆ ਖਾਨਦਾਨ ਦਾ ਨਾ ਤੁਹਾਡਾ ਘਰ ਇੱਥੇ ਸੀ 12 ਦਰੀ ਤੇਰੇ ਅੱਬੇ ਨੇ ਬਣਾਈ ਸੀ ਆਹ ਜਿਹੜੀ ਵੀਰੇ ਤੂੰ ਇੱਥੇ ਕੁੰਡੀ ਨਾ ਲਾ
ਤੂੰ ਆਰਾਮ ਨਾਲ ਨਾ ਅੰਦਰੋਂ ਕੁੰਡੀ ਲਾ ਕੇ ਤੇ ਸੌਂ ਜਿੰਨੀ ਗਰਮੀ ਆ 47 ਡਿਗਰੀ ਆ ਇਹਦੇ ਚ ਗਰਮੀ ਚ ਤੇ ਵੈਸੇ ਹੀ ਮੱਛੀ ਵਿਚਾਰੀ ਪਤਾ ਨਹੀਂ ਕਿੱਥੇ ਆ ਉਹ ਯਾਰ ਵੈਸੇ ਕੀ ਪਿਛਲੇ ਕਮਰਿਆਂ ਚ ਚਲੀ ਜਾਂਦੀ ਆ ਇਹਦੇ ਵਿੱਚ ਹੀ ਹੁੰਦੀ ਆ ਮੱਛੀ ਇਹਦੇ ਚ ਕਿੱਥੋਂ ਮੱਛੀ ਆ ਗਈ ਇਹ ਚ ਸ਼ੋਪਰ ਆ ਜੁੱਤੀਆਂ ਵਾ ਪਰਸ ਵਾ ਪਤਾ ਨਹੀਂ ਕੀ ਆ ਖੋਤੇ ਘੋੜੇ ਮਰ ਮੁਰ ਕੇ ਲੋਕੀ ਸੁੱਟ ਜਾਂਦੇ ਇਹਦੇ ਜਿਹੜਾ ਰਾਵੀ ਚ ਮਾਲ ਖੋਲਤਾ ਤੂੰ ਵੀ ਇੱਥੇ ਜੁੱਤੀਆਂ ਵਾ ਦੀ ਸ਼ੋਪਰ ਆ ਤੇ ਆ ਤੇ ਆਓ ਜਾਂ ਉਥੋਂ ਰਾਵੀ ਤੋਂ ਕਲੇਜੀ ਫਿਫਰਾ ਸੁੱਟੀ ਜਾਂਦੇ ਆ ਉਹਦੇ ਥੱਲੇ ਹੋ ਜਾ ਤੈਨੂੰ ਦੋ ਚਾਰ ਛਾਪਰ ਝੁੱਪ ਲੈਂਗਾ ਉਥੋਂ ਹੈਲੋ ਸਕੂਨ ਤਾਂ ਆਰਾਮ ਨਾਲ ਤੇ ਫਿਫਰੇ ਚ ਪਾ ਲਾਂਗੇ ਮਸਾਲਾ ਤੇ ਬਣਾਏ ਹੋਏ ਫਿਫਰਾ ਪਾ ਲਾਂਗੇ ਉਹਦਾ ਫਿਫਰਾ ਇਹਦਾ ਗਲ ਜਾਵੇ ਇੱਥੇ ਬਹਿ ਬਹਿ ਕੇ ਭਾਜੀ ਜਿਹੜਾ ਪੂਰਾ ਇਸਤੇਮਾਲ ਕਰਕੇ ਲਿਆਇਆ ਛੱਤਰੀ ਕੁਰਸੀ ਭਾਜੀ ਇਹ ਸ਼ਿਕਾਰ ਜਿਹੜਾ ਵਾ ਨਾ ਇਹ ਹੈਗਾ ਸਬਰ ਦਾ ਕੰਮ ਸਬਰ ਦਾ ਕੰਮ ਹੈ ਸਬਰ ਨਾਲ ਸ਼ਿਕਾਰ ਲੱਗਦਾ ਤੂੰ ਹੀ ਦੋ ਮਿੰਟ ਸਬਰ ਕਰ ਜਾ ਇੱਥੋਂ ਕੱਢ ਚੱਲ ਮੇਰੇ ਨਾਲ ਮੈਂ ਤੈਨੂੰ ਮੱਛੀ ਖਵਾਉਣਾ ਮੈਂ ਖਵਾਉਣਾ ਮੈਂ ਤੇਰੀ ਕਾਹਦੀ ਐਵੇਂ ਦਾਵਤ ਕਬੂਲ ਕਰ ਲਵਾਂ ਮੈਂ ਆਪਣਾ ਸ਼ੌਕ ਪੂਰਾ ਕਰ ਰਿਹਾ ਸ਼ੌਕ ਨਹੀਂ ਪੂਰਾ ਕਰ ਰਿਹਾ ਤੂੰ ਟਾਈਮ ਜ਼ਾਇਆ ਕਰ ਰਿਹਾ ਉਹ ਟਾਈਮ ਨਹੀਂ ਜ਼ਾਇਆ ਕਰ ਰਿਹਾ ਤੇਰੀਆਂ ਯਾਰ ਅੱਖਾਂ ਦੇ ਸਾਹਮਣੇ ਮੱਛੀ ਨਾ ਲੱਗੇ ਫੇਰ ਮੈਨੂੰ ਕਹੀਂ ਐਵੇਂ ਤੁਹਾਡੇ ਲੋਕਾਂ ਕੋਲ ਨਾ ਭਾਅ ਜੀ ਪੈਸਾ ਆ ਜਾਂਦਾ ਤੁਹਾਨੂੰ ਘਬਾਨਾ ਲੱਗਦਾ ਟਾਈਮ ਜ਼ਾਇਆ ਕਰਨ ਦਾ ਉਹਦੇ ਵਿੱਚ ਮਜ਼ਦੂਰ ਮਰ ਗਏ ਵਿਚਾਰੇ ਕੰਮ ਕਰਕੇ ਪੈਟਰੋਲ ਵਧ ਗਿਆ ਬਿਜਲੀ ਵੱਧ ਗਈ ਗੈਸ ਵੱਧ ਗਈ ਤੂੰ ਇੱਥੇ ਮੱਛੀਆਂ ਫੜਨ ਦਿਆ ਚੱਲ ਤੂੰ ਵੀ ਨਾ ਬਹੁਤਾ ਵੱਧ ਸਕੂਨ ਨਾ ਖਲੋ ਤੁਹਾਡੇ ਲੋਕਾਂ ਕੋਲ ਪੈਸੇ ਆ ਨਾ ਤੁਹਾਨੂੰ ਕੀ ਜੋ ਮਰਜ਼ੀ ਵਧੀ ਜਾਵੇ ਤੇਲ ਵਧੇ ਪੈਟਰੋਲ ਵਧੇ ਗੈਸ ਵਧੇ ਬਿਜਲੀ ਵਧੇ ਚੱਲ ਤੂੰ ਮੇਰੇ ਨਾਲ ਇੱਡੀ ਕਾਹਦੀ ਗੱਲ ਵਧਾਉਣ ਡਿਆ ਵਾ ਤੂੰ ਆਪਣਾ ਜਾ ਕੰਮ ਕਰ ਜਾ ਕੇ ਮੈਨੂੰ ਨਹੀਂ ਤੂੰ ਯਾਰ ਬਸ ਕੱਢ ਬਾਹਰ ਕੁੰਡੀ ਛੁੰਡੀ ਉਹ ਕੁੰਡੀ ਕਾਂਡੀ ਕਿ ਤੂੰ ਠੇਕੇਦਾਰ ਆ ਰਾਵੀ ਦਾ ਕੁੰਡੀ ਕਾਹਦੀ ਕੱਢਾਂ ਮੈਂ ਕਿਹੜੀ ਮੱਛੀ ਫੜੇਗਾ ਮੈਂ ਤਾਂ ਟਰਾਊਟ ਮੱਛੀ ਫੜਨੀ ਤੇਰੇ ਅੱਖਾਂ ਦੇ ਸਾਹਮਣੇ ਟਰਾਊਟ ਇੱਧਰ ਨਹੀਂ ਹੁੰਦੀ ਭਾਈ ਉਹ ਤੇ ਉਸ ਇਲਾਕਿਆਂ 'ਚ ਹੈਗੀ ਆ ਆਪਣਾ ਨਰਾਨ ਕਗਾਨ ਦਰਿਆ ਜਿਹੜੇ ਆ ਝੀਲਾਂ ਦੇ ਵਿੱਚ ਉਹ ਜਿੱਧਰੋਂ ਪਾਣੀ ਆਉਂਦਾ ਨਾ ਆਉਣ ਨੂੰ ਜਾਂਦੀ ਆ ਉਹ ਇਹ ਵੀ ਆਉਣ ਹੀ ਜਾਣੀ ਆ ਜਦੋਂ ਇੱਧਰੋਂ ਆਉਣੀ ਹੈ ਇਹ ਆਉਣ ਜਾਣੀ ਹੈ ਉੱਠ ਭਾਈ ਇੱਥੇ ਕੁਛ ਨਹੀਂ ਯਾਰ ਖਲੋ ਜਾ ਭਾ ਐਵੀਂ ਐਵੀਂ ਅਕਲ ਕਰੀ ਦੀ ਹੁੰਦੀ ਆ ਆਹ ਤੇਰੀਆਂ ਅੱਖਾਂ ਦੇ ਸਾਹਮਣੇ ਦੇਖ ਮੈਂ ਡੋਲਫਨ ਨਾ ਫੜਾਂ ਤੇ ਮੈਨੂੰ ਫੇਰ ਕਹੀਂ ਮੇਰੀਆਂ ਅੱਖਾਂ ਦੇ ਸਾਹਮਣੇ ਤੈਨੂੰ ਡੋਲਫਨ ਵਾਲਿਆਂ ਨੇ ਫੜ ਲੈਣਾ ਜਿਹੜੇ ਮੋਟਰਸਾਈਕਲ ਤੇ ਨਹੀਂ ਫਿਰ ਰਹੇ ਡੋਲਫਨ ਵਾਲੇ ਉਹਨਾਂ ਨੇ ਫੜ ਲੈਣਾ ਕੱਢੋ ਇਕੱਠੀ ਕਰੋ ਤੁਸੀਂ ਉਹ ਯਾਰ ਭਾਈ ਤੁਹਾਨੂੰ ਕੀ ਮਸਲਾ ਵਾ ਸਮਝਦੇ ਹੋ ਨਾ ਭਾਜੀ ਮੇਰਾ ਕੰਮ ਆ ਸਮਝਾਉਣਾ ਲੈ ਤੇਰਾ ਕੰਮ ਆ ਤੂੰ ਰਾਵੀ ਤੇ ਟੀਚਰ ਲੱਗਾ ਤੇਰਾ ਕਾਹਦਾ ਸਮਝਾਉਣਾ ਵਾ ਵੀ ਪ੍ਰੋਫੈਸਰ ਆ ਰਾਵੀ ਦਾ ਨਹੀਂ ਤੇ ਤੁਸੀਂ ਆਪਣਾ ਟਾਈਮ ਹੀ ਜ਼ਾਇਆ ਕਰ ਰਹੇ ਹੋ ਉਹ ਟਾਈਮ ਯਾਰ ਮੇਰਾ ਵਾ ਮੈਂ ਜ਼ਾਇਆ ਕਰਾਂ ਨਾ ਕਰਾਂ ਤੈਨੂੰ ਕਾਹਦੀ ਤਕਲੀਫ ਆ ਵੀਰੇ ਵਕਤ ਜਿਹੜਾ ਨਾ ਇਹ ਮੁੜ ਕੇ ਨਹੀਂ ਆਉਂਦਾ ਚੱਲ ਤੂੰ ਇੱਕ ਵਾਰ ਮੇਰਾ ਭਰਾ ਇੱਕ ਵਾਰੀ ਚਲੇ ਜਾ ਤੇ ਮੁੜ ਕੇ ਨਾ ਆਈ ਮੈਂ ਵਕਤ ਦੀ ਗੱਲ ਕਰ ਰਿਹਾ ਐਵੇਂ ਇਹਨਾਂ ਕੰਮਾਂ 'ਚ ਤੁਸੀਂ ਟਾਈਮ ਨਾ ਜ਼ਾਇਆ ਕਰੋ ਉਹੀ ਅੱਲਾ ਨੇ ਦਿੱਤਾ ਯਾਰ ਚਾਲ ਹੋਰ ਚੁੱਪ ਕਰ ਜਾ ਕਿਹੜੀ ਚਾਲ ਪਿੱਛੇ ਨੂੰ ਹੋ ਜਾ ਪਿੱਛੇ ਨੂੰ ਚਾਲ ਹੋ ਰਹੀ ਹੈ ਦਸਤੀ ਬਾਂਬਾ ਮੱਛੀ ਕੋ ਪਿੱਛੇ ਨੂੰ ਹੋ ਜਾਓ ਕੱਖ ਵੀ ਨਹੀਂ ਐਵੇਂ ਹੀ ਉਹ ਤਾਂ ਹਵਾ ਨਾਲ ਹੀ ਲੜਦਾ ਹੀ ਡੋਰ 'ਚ ਉਹ ਹਵਾ ਨਾ ਨਹੀਂ ਮੈਨੂੰ ਪਤਾ ਲੱਗ ਜਾਂਦਾ ਵਾ ਤਜਰਬਾ ਵਾ ਸਾਡਾ ਤਾਕਤ ਤੋਂ ਪਤਾ ਲੱਗ ਜਾਂਦਾ ਵੀ ਚਾਲ ਤਜਰਬਾ ਇੰਨੀ ਦੇਰ ਮੈਂ ਹੋ ਗਿਆ ਇਹ ਕੁਛ ਚੀਜ਼ ਨਹੀਂ ਫੜੀ ਤੂੰ ਇੱਥੋਂ ਓਏ ਉੱਠ ਮੈਂ ਤੈਨੂੰ ਮੱਛੀ ਫੜਵਾਉਣਾ ਯਾਰ ਉੱਠ ਭਾਈ ਸਾਹਿਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੈਂ ਸ਼ਾਰਕ ਨਾ ਨਾ ਫੜੀ ਤੇ ਫੇਰ ਦੱਸ ਤੁਹਾਡੀਆਂ ਅੱਖਾਂ ਦੇ ਸਾਹਮਣੇ ਅੱਖਾਂ ਦੇ ਤਾਂ ਤੂੰ ਐਨਕ ਲਾ ਲਈ ਸ਼ਾਰਕ ਇਹਦੇ 'ਚ ਕਿੱਥੋਂ ਆ ਗਈ ਉਹ ਤਾਂ ਸਮੁੰਦਰ ਦੀ ਮੱਛੀ ਆ ਯਾਰ ਮੈਂ ਸ਼ਾਰਕਾਂ ਦੀ ਗੱਲ ਕਰਦਾ ਭਾਜੀ ਮੱਛੀ ਨਾ ਲੱਗੀ ਤੇ ਮੈਂ ਸ਼ਾਰਕਾਂ ਦਾ ਸ਼ਿਕਾਰ ਵੀ ਕਰ ਲੈਂਦਾ ਸ਼ਾਰਕ ਉਹ ਵੇ ਉਹ ਖੰਭੇ ਤੇ ਬੈਠੀਆਂ ਕਿੰਨੀਆਂ ਉਹ ਮੈਂ ਤੈਨੂੰ ਫੜਵਾਵਾਂ ਆਓ ਉਹਦੇ ਲਈ ਵੀ ਸ਼ਰਰੇ ਚਾਹੀਦੇ ਉਹਦੇ ਨਾਲ ਮਾਰਦੇ ਅੱਛਾ ਯਾਰ ਚੁੱਪ ਚਾਲ ਹੋ ਰਹੀ ਓਏ ਆ ਹੋਇਆ ਹਿੱਲ ਰਹੀ ਆ ਤੁਹਾਡੀ ਆਵਾਜ਼ ਨਾ ਘੱਟ ਹਿਲਾ ਰਹੀ ਆ ਉਹ ਚੁੱਪ ਰਹੋ ਚੁੱਪ ਕੱਢੋ ਬਾਹਰ ਜੋ ਹੈਗਾ ਵਿਗਿਆ ਉਹ ਜੋ ਹੈਗਾ ਬਕਸਾ ਸਾਡੇ ਕੋਲ ਕੀ ਕੱਢਦੀ ਹੈ ਤੈਨੂੰ ਯਾਰ ਤੈਨੂੰ ਮੱਛੀ ਖਾਣੀ ਹੈ ਨਾ ਮੈਂ ਖਵਾ ਦਿੰਦਾ ਯਾਰ ਉਹ ਯਾਰ ਤੂੰ ਕਾਹਦਾ ਖਵਾ ਦਿੰਦਾ ਵਾ ਮਸਲਨ ਤੂੰ ਮਾਮਾ ਸਹੁਰਾ ਮੇਰਾ ਇਹ ਟਾਈਮ ਜਿਹੜਾ ਇੱਥੇ ਜ਼ਾਇਆ ਕਰ ਰਿਹਾ ਇਹੀ ਤੂੰ ਜਾ ਕੇ ਗਰੀਬਾਂ ਦਾ ਕੋਈ ਭਲਾ ਕਰ ਕਿਸੇ ਨੂੰ ਪੁੱਛ ਕਿਸੇ ਨੂੰ ਰੋਟੀ ਕੋਈ ਚਾਹ ਕੋਈ ਪਾਣੀ ਪੁੱਛ ਲਾਂਗੇ ਜ਼ਰਾ ਸ਼ਿਕਾਰ ਲੱਗਦਾ ਮੈਂ ਮੁਹੱਲੇ 'ਚ ਹੀ ਵੰਡਣੀ ਮੱਛੀ ਮੁੜ ਕੇ ਬਹੁਤ ਅੱਛੇ ਤੂੰ ਮੈਂ ਕਹਿੰਦਾ ਸਵੇਰ ਦੀ 6 ਮਣ 'ਤੇ ਫੜ ਲਈ ਤੂੰ ਇੱਥੋਂ ਮੁਹੱਲੇ 'ਚ ਵੰਡਣੀ ਤੂੰ ਜੇ ਵੰਡਦੇ ਇਹਦੇ ਹੀ ਪਕਾ ਕੇ ਵੰਡਦੇ ਆ ਸ਼ੋਰਬੇ ਵਾਲੇ ਪਕਾਉਂਦੇ ਭੁੰਨਵੀਂ ਨਹੀਂ ਨਹੀਂ ਭੁੰਨਵੀਂ ਵੀ ਦੋਨੇ ਹੀ ਪਕਾਉਂਦੇ ਆ ਨਾ ਬਹੁਤ ਅੱਛੇ ਚਲੋ ਉੱਠੋ ਭਾਜੀ ਉਹ ਯਾਰ ਉੱਠੋ ਕੀ ਠੇਕੇਦਾਰ ਆ ਤੂੰ ਰਾਵੀ ਦਾ ਤੂੰ ਕਿਹਾ ਕਾਹਤੋਂ ਉਠਾਈ ਜਾਂਦਾ ਵਾ ਮੈਂ ਪਰਚੀ ਲਈ ਆ ਲਾਇਸੈਂਸ ਆ ਮੇਰੇ ਕੋਲ ਬੱਤੀ ਬੋਰ ਦੀ ਮੱਛੀ ਫੜਨੀ ਤੇਰੇ ਕੋਲ ਲਾਇਸੈਂਸ ਆ ਉਹ ਭਾਈ ਇਹਨਾਂ ਦਾ ਫਿਸ਼ਰੀ ਦਾ ਲਾਇਸੈਂਸ ਹੁੰਦਾ ਵਾ ਮੈਂ ਪੂਰੇ ਪਾਕਿਸਤਾਨ ਦੇ ਵਿੱਚ ਜਿਹੜੇ ਮਰਜ਼ੀ ਦਰਿਆ 'ਤੇ ਜਾ ਕੇ ਮੱਛੀ ਫੜ ਸਕਦਾ ਲਓ ਜਿਹੜੇ ਮਰਜ਼ੀ ਦਰਿਆ ਉਹ ਮੱਛੀ ਫੜੀ ਜਾਂਦਾ ਦਰਿਆ 'ਤੇ ਨਹਾਈਦਾ ਵੀ ਹੁੰਦਾ ਭਾਅ ਫਰੀ ਨਾ ਹੋ ਜ਼ਿਆਦਾ ਅੱਛਾ ਸਕੂਨ ਨਾ ਖੜਾ ਜਦ ਹੈ ਹੀ ਨਹੀਂ ਵੀਰੇ ਗੰਦਾ ਪਾਣੀ ਆ ਉਹ ਗੰਦਾ ਪਾਣੀ ਆ ਮੱਛੀ ਨੂੰ ਸਾਰਾ ਕੁਝ ਗੰਦੇ ਪਾਣੀ 'ਚੋਂ ਵੀ ਨਜ਼ਰ ਆਉਂਦਾ ਤੇਰਾ ਤਾਂ ਦਿਮਾਗ ਖਰਾਬ ਆ ਨਹੀਂ ਇੱਥੇ ਸਾਫ਼ ਸੀ ਪਾਣੀ ਭਾਜੀ ਸਾਫ਼ ਸੀ ਪਾਣੀ ਇਹਨੂੰ ਵੇਖ ਕੇ ਗੰਦਾ ਹੋਇਆ ਤੁਸੀਂ ਕਿਤੇ ਮੂੰਹ ਤੇ ਨਹੀਂ ਧੋਤਾ ਅੱਛਾ ਮੇਰਾ ਭਰਾ ਨਾ ਜਾ ਯਾਰ ਜਾ ਕੰਮ ਕਰ ਜਾ ਕੇ ਮਿਸਟਰ ਅਬਨਾ ਕਰ ਇੱਥੇ ਆ ਜਿੰਨਾ ਕਾਲਾ ਪਾਣੀ ਆ ਮੈਨੂੰ ਤਾਂ ਲੱਗਦਾ ਤੈਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਹੈ ਭਾਈ ਦੋ ਮਿੰਟ ਚੁੱਪ ਹੋਏ ਜ਼ਰਾ ਮੱਛੀ ਫੜ ਲੈਣ ਦਿਓ ਉਹ ਭਾਜੀ ਨਹੀਂ ਮੱਛੀ
ਉਹ ਮੱਛੀ ਛੱਡ ਤੂੰ ਉੱਠ ਕੇ ਮੈਨੂੰ ਜੱਫੀ ਪਾ ਯਾਰ। ਉਹ ਯਾਰ ਕਾਹਦੀ ਜੱਫੀ ਪਾਵਾਂ, ਉਮਰੇ ਤੋਂ ਆਇਆ ਤੂੰ ਕੀ ਫੜ ਲਿਆ ਇੱਥੇ ਸਵੇਰ ਦਾ? ਜਿਹੜੇ ਕੰਮ ਆਇਆ ਭਾ ਘਰ ਜਾ ਕੇ ਮੈਨੂੰ ਕਿਉਂ ਡਿਸਟਰਬ ਕਰਨ ਦਿਆ? ਡੇਢ ਘੰਟਾ ਹੋ ਗਿਆ ਤੈਨੂੰ ਉਹ ਉੱਥੋਂ ਦੇਖ ਰਹੇ? ਉਹ ਉੱਥੋਂ ਕਿਉਂ ਦੇਖਦਾ ਸੀ ਤੂੰ? ਵਜ੍ਹਾ ਤੇਰੇ ਅਲਾਟਮੈਂਟ ਆ ਰਾਵੀ ਦੀ। ਉਹ ਭਾਈ ਜਰਾਸੀਮ ਆ ਸਾਰਾ, ਯਕੀਨ ਕਰ ਜਰਾਸੀਮ ਆ, ਤੂੰ ਐਡਾ ਡਾਂਡਰ ਕਿਤੇ ਜਾ ਕੰਮ ਕਰ ਜਾ ਕੇ। ਲੋਕਾਂ ਨੇ ਤਾਂ ਗਟਰਾਂ ਦੇ ਮੂੰਹ ਰਾਵੀ ਵੱਲ ਨੂੰ ਕਰ ਦਿੱਤੇ ਆ, ਤੂੰ ਇਹ 'ਚੋਂ ਮੱਛੀ ਫੜਨ ਦਿਆ? ਤੂੰ ਉਹਨਾਂ ਨੂੰ ਸਮਝਾ ਜਾ ਕੇ ਅਸੀਂ ਆ, ਕਿਸੇ ਨੇ ਪਕਾਈ ਹੋਵੇ ਉਹ ਕੁੱਟੁਕੜੀ ਰੁੜ ਕੇ ਆ ਜਾਏ, ਮੈਂ ਕਹਿ ਨਹੀਂ ਸਕਦਾ, ਉਹ ਤੂੰ ਫੜ ਲੈ ਭਾਵੇਂ। ਤਾਜ਼ੀ ਮੱਛੀ ਇਹ 'ਚੋਂ ਹੀ ਫੜਦੇ? ਤਾਜ਼ੀ ਤਾਜ਼ੀ ਬਾਗਾਂ 'ਚੋਂ ਤੋੜ ਕੇ ਲਿਆਉਂਦੇ ਮੱਛੀ? ਚਲੋ ਉੱਠੋ। ਉਹ ਚਲੋ ਉੱਠੋ ਕਿੱਥੇ? ਮੈਂ ਤੂੰ ਤਾਂ ਐਵੇਂ ਅੰਨਾ ਮੰਗਣ ਵਾਲਾ ਬੈਠਾ ਮਾਨਾ ਅੱਜ ਕੱਲ੍ਹ ਭਾ। ਅੱਲਾ ਦੀ ਆਸ 'ਤੇ ਬੈਠੇ ਹਾਂ, ਸ਼ਿਕਾਰ ਸਬਰ ਦਾ ਕੰਮ ਆ, ਲੱਗਣੀ ਲੱਗਣੀ ਆ ਮੱਛੀ। ਅੱਲਾ ਦੀ ਆਸ 'ਤੇ ਬੈਠਾ, ਕੋਈ ਨਾ ਕੋਈ ਸਖੀ ਆ ਹੀ ਜਾਏਗਾ ਤੇਰੇ। ਮੈਂ ਬੱਤੀ ਚੌਂਕ ਬੈਠਾ ਇਸ਼ਾਰੇ 'ਤੇ। ਓਏ ਉਹ ਵੇ ਕੁੱਤੇ ਕਿੰਨੇ ਭੌਂਕਣ ਦੇ ਆਈ, ਦਿਲ ਕਰੇ ਕੁੰਡੀ ਨਾਲ ਕੁੱਤਾ ਲੱਗ ਜਾਏ, ਉਹ ਪਕਾ ਲਏਗਾ ਫਿਰ? ਯਾਰ ਜਾ ਸਕੂਨ ਕਰ, ਜਾ ਕੇ ਕੁੱਤਾ ਪਕਾ ਲੈ। ਮਸਾਲਾ ਬਣਿਆ ਪਿਆ ਵਾ ਯਾਰ, ਉਹਦੇ ਨਾਲ ਕੰਧਾਂ ਬਣਾ ਲਓ, ਫਿਰ ਮੱਛੀ ਤਾਂ ਨੀਚੇ ਫੜੀ ਜਾਣੀ। ਮਸਾਲਾ ਬਣਿਆ, ਤੁਹਾਡੀ ਅੱਖਾਂ ਦੇ ਸਾਹਮਣੇ ਫੜਨੀ ਬੌਸ ਨੇ ਇੱਥੇ। ਇਹ ਮਸਾਲਾ ਬਣਿਆ ਤੇ ਇਹ ਮਸਾਲਾ ਹੀ ਬਣੀਆਂ ਕਿ ਮੱਛੀ ਫੜ ਲੂ ਕੋਈ? ਚੁੱਪ ਕਰ ਜਾ ਯਾਰ, ਚਾਲ ਹੋ ਰਹੀ ਹੈ। ਏਡਾ ਤੂੰ ਮਾਹੀਗੀਰ ਮੱਛੀ ਫੜਨ ਦਿਆ, ਇਹ ਕਿੰਨੇ ਦੀ ਚਾਲ ਆ? ਕੋਈ ਯਾਰ ਫਲਾਸ਼ ਖੇਲਣ ਡਿਆ, ਕਿੰਨੇ ਦੀ ਚਾਲ ਆ? ਇਹ ਮੱਛੀ ਜੋ ਆਟਾ ਖਾਂਦੀ ਉਹਨੂੰ ਕਹਿੰਦੇ ਭਾਈ ਚਾਲ। ਅੱਛਾ ਅੱਛਾ, ਉਹਨੂੰ ਕਹਿੰਦੇ, ਠੀਕ ਹੈ। ਹੋ ਹਿੱਲੀ ਹੋ, ਚਾਲ ਹੋਈ ਚਾਲ। ਆਪਣਾ ਸੈਕਟਰੀ ਫੜ, ਇੱਕ ਮਿੰਟ ਓਏ, ਹੈਲੋ ਉਹ ਕੀ ਆ ਭਾਈ? ਪਿੱਛੇ ਹੋ ਜਾਓ, ਉਹ ਲੱਗ ਗਈ ਲੱਗ ਗਈ ਲੱਗ ਗਈ ਲੱਗ ਗਈ, ਪਿੱਛੇ ਹੋ ਜਾਓ। ਖਿੱਚ 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 ਕੇ ਫਿਰ ਖਿੱਚ ਭਾਈ, ਖਿੱਚ ਖਿੱਚ ਆ ਲੈ। ਓਏ ਹੋਏ ਹੋਏ, ਆ ਵੀਰੇ ਦੂਜੀ ਵੀ ਇੱਥੇ ਹੀ ਸੁੱਟ। ਇਹ ਕੀ ਗੱਲ ਬਣੀ? ਮੈਂ ਕਹਿੰਦਾ ਇੱਕ ਹੋਰ ਚਾਲ ਸੁੱਟ ਉਹਦੇ 'ਚ, ਇਹ ਖੱਬਾ ਪਹਿਰਾ ਸੱਜਾ ਵੀ ਉੱਥੇ ਹੀ ਹੋਣਾ ਮੇਰਾ ਖਿਆਲ। ਇਹਨੂੰ ਵੇਖ ਕੇ ਨਾ ਡਰ ਕੇ ਜੁੱਤੀ ਲਾ ਕੇ ਦੌੜ ਗਈ ਹੈ ਯਾਰ। ਸਕੂਨ ਕਰ, ਲੋਕਾਂ ਦੀ ਬਦਤਮੀਜ਼ੀ ਆ ਜਿਹੜਾ ਸਾਰਾ ਕੁਛ ਵਿੱਚ ਸੁੱਟੀ ਜਾਂਦੀ ਯਾਰ। ਲਾ ਯਾਰ ਇੱਥੇ ਹੀ ਹੋਣਾ ਦੂਜਾ ਪੈਰ ਵੀ ਯਾਰ। ਤੈਨੂੰ ਮੈਂ ਕੀ ਕਿਹਾ, ਇੱਥੇ ਜੁੱਤੀਆਂ ਜੱਤੀਆਂ ਮਿਲਣੀਆਂ ਤੈਨੂੰ ਯਾਰ। ਕੀ ਬਣਿਆ ਵੀ ਮੈਂ ਤਾਂ ਕਿਹਾ ਮੱਛੀ ਆ, ਮੈਂ ਪਾਣੀ ਬਾਟਰ ਵਾਲੀ ਰਾਵੀ 'ਚ ਚੁੰਡੀ ਸੁੱਟ ਬੈਠਾ। ਪਹਿਲੇ ਵੀ ਇੱਕ ਬੰਦਾ ਆਇਆ ਤੇਰੇ ਵਾਂਗੂ ਇੱਥੇ ਮੱਛੀਆਂ ਫੜਨ ਦੀ, ਸ਼ਾਮ ਨੂੰ ਯਕੀਨ ਕਰ ਇਹ ਇੰਨੀਆਂ ਜੁੱਤੀਆਂ ਲੈ ਕੇ ਗਿਆ ਇੱਥੋਂ। ਸਕੂਨ ਕਰ ਯਾਰ, ਸਕੂਨ ਕਰ, ਮੈਨੂੰ ਲੱਗਦਾ ਅੰਦਰ ਮੱਛੀਆਂ 'ਚ ਬਾਂਦਰ ਕਿੱਲਾ ਖੇਡ ਰਹੀਆਂ ਯਾਰ। ਵੈਸੇ ਨਾ ਅੱਛੀ ਮੱਛੀ ਫੜੀ ਹੈ ਤੂੰ, ਹੈ ਇਸ ਤਰ੍ਹਾਂ ਕਰ ਇਹਦੀਆਂ ਵਧਰਾਂ ਜਿਹੜੀਆਂ ਇਹ ਫਰਾਈ ਕਰ ਲਾ ਤੇ ਥੱਲਾ ਹੀ ਸ਼ੋਰ ਵਿੱਚ ਕਰ ਲਾ। ਜਾ ਭਾ ਜਾ ਕੰਮ ਕਰ ਜਾ ਕੇ। ਚੱਲ ਬੇਸਣ ਲਾ ਲਾ ਇਹਨੂੰ, ਕੈਚਪ ਲਿਆ ਦੇ ਖਾ ਲਾ, ਹਾਏ ਹਵਾਈ ਚੱਪਲ ਫਿਸ਼। ਇਹਨੂੰ ਕੈਚਪ ਲਾ ਕੇ ਤੇ ਤੁਹਾਨੂੰ ਦਾਵਤ ਕਰਦਾ ਤੁਹਾਡੇ ਟੱਬਰ ਦੀ। ਮੈਂ ਕਹਿੰਦਾ ਮਹੀਨਾ ਤੂੰ ਰਾਵੀ 'ਤੇ ਬੈਠੇ ਨਾ, ਤੇਰੀ ਆਪਣੀ ਦੁਕਾਨ ਹੋ ਜਾਵੇ ਰਾਵੀ ਫਿਸ਼ ਚੱਪਲ ਹਾਊਸ। ਤੂੰ ਇਹ ਨਾ ਮੇਰਾ ਭਰਾ ਇਹ ਮੱਛੀ ਹੁਣ ਫੜ ਤੇ ਲਈ ਆ, ਇਹ ਹੁਣ ਨਾ ਵਾਸ਼ਰੂਮ ਦੇ ਸਾਹਮਣੇ ਰੱਖ ਦੇ ਤਾਂ ਕਿ ਲੋਕੀ ਫਿਰ ਮਹਿਮਾਨ ਆਉਣ ਮੱਛੀ 'ਚ ਪੈਰ ਫਸਾ ਕੇ ਵਾਸ਼ਰੂਮ ਜਾਣ। ਚੱਲ ਯਾਰ ਜਾ ਕੰਮ ਕਰ ਜਾ ਭਾ। ਮੈਂ ਕਹਿੰਦਾ ਤੇਰਾ ਵਾਸ਼ਰੂਮ 'ਚ ਫਰੈਸ਼ ਵੀ ਰਹੇਗੀ, ਡਿਸਟਰਬ ਆ ਮੈਨੂੰ ਪਾਣੀ ਪੂਣੀ ਵੀ ਪੈਂਦਾ ਰਹੇਗਾ। 6 ਘੰਟੇ ਹੋ ਗਏ ਧੁੱਪੇ ਬੈਠਿਆ ਨੂੰ ਵੀ ਮੱਛੀ ਦਾ ਸ਼ਿਕਾਰ ਕਰਦਾ। ਇੱਕ ਮਿੰਟ ਭਾਜੀ, ਇਹ ਕਿੰਨੀ, ਇਹ 7 ਨੰਬਰ ਫਿਸ਼ ਆ ਨਾ? ਓ ਯਾਰ ਖਲੋ ਜਾ, 7 ਨੰਬਰ ਫਿਸ਼ ਆ ਇਹ ਭਾਜੀ। ਇਹਦੀ ਕੋਈ ਗਰੰਟੀ ਹੈ ਕਿੰਨੀ ਕੁ ਦੇਰ ਕੱਢੇਗੀ ਭਾਜੀ? ਇਹ ਹੀਲ ਵਾਲੀ ਫਿਸ਼ ਕਿੰਨੇ ਦੀ ਦਓਗੇ? ਓ ਯਾਰ ਜਾ ਭਾ ਕੰਮ ਕਰ ਜਾ ਕੇ। ਉਹ ਭਾਅ ਜੀ ਤੁਸੀਂ ਇੰਝ ਕਰੋ, ਇਹਦੇ 'ਚ ਕੁੰਡੀ ਸੁੱਟੋ, ਇੱਕ ਛੋਪਰ ਵੀ ਫੜੋ ਜਿਹ 'ਚ ਮੈਂ ਪਾ ਕੇ ਲਿਜਾਣੀ ਹੈ। ਤੂੰ ਕਿਉਂ ਲਿਜਾਣੀ ਹੈ ਛਾਪਰ 'ਚ ਪਾ ਕੇ? ਅੱਛਾ ਮੇਰਾ ਖਿਆਲ ਤੂੰ ਆਪਣੇ ਲਈ ਬੈਠਾ ਹੈ, ਮੱਛੀ ਦਾ ਬਹਾਨਾ ਕਰੋ ਤੂੰ ਚੱਪਲਾਂ ਫੜਨ ਨਹੀਂ ਆਇਆ ਮਰੇ ਕੀ ਯਾਰ? ਖਲੋ।